ਤਾਂ ਦੱਸ ਦੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਅੱਜ ਗਵਾਹਾਂ ਦੀ ਪੇਸ਼ੀ ਨਹੀਂ ਹੋ ਪਾਈ ਤਾਂ ਵਾਰਦਾਤ ਦੇ ਸਮੇਂ ਸਿੱਧੂ ਦੇ ਨਾਲ ਜਿਹੜੇ ਦੋ ਨੌਜਵਾਨ ਸੀ ਉਹ ਕੋਰਟ ਦੇ ਵਿੱਚ ਗਵਾਹੀ ਦੇ ਲਈ ਪਹੁੰਚੇ ਸੀ ਪਰ ਵਕੀਲਾਂ ਦੀ ਹੜਤਾਲ ਦੇ ਕਰਕੇ ਉਹਨਾਂ ਦੀ ਗਵਾਹੀ ਨਹੀਂ ਹੋ ਪਾਉਂਦੀ ਤਾਂ ਹੁਣ 16 ਅਗਸਤ ਨੂੰ ਅਗਲੀ ਤਰੀਕ ਮਿਲੀ ਹੈ। ਤਾਂ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਫਿਰ ਵੀ ਹਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਇਸ ਸੰਬੰਧੀ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ। ਤਾਂ ਜਦੋਂ ਸਿੱਧੂ 'ਤੇ ਹਮਲਾ ਹੋਇਆ ਸੀ ਤਾਂ ਇਸ ਦੌਰਾਨ ਦੋ ਨੌਜਵਾਨ ਜਿਹੜੇ ਕਿ ਥਾਰ ਦੇ ਵਿੱਚ ਸਿੱਧੂ ਦੇ ਨਾਲ ਬੈਠੇ ਸੀ ਤਾਂ ਉਹ ਦੋਨੇ ਨੌਜਵਾਨ ਅੱਜ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਆਏ ਸੀ ਪਰ ਵਕੀਲਾਂ ਦੀ ਹੜਤਾਲ ਹੋਣ ਦੇ ਕਾਰਨ ਇਹਨਾਂ ਦੀ ਗਵਾਹੀ ਨਹੀਂ ਹੋ ਪਾਉਂਦੀ ਜਿਸ ਤੋਂ ਬਾਅਦ ਹੁਣ ਕੋਰਟ ਦੇ ਵੱਲੋਂ ਅਗਲੀ ਤਰੀਕ 16 ਅਗਸਤ ਰੱਖੀ ਗਈ ਹੈ। ਤਾਂ ਪੇਸ਼ੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਉਹਨਾਂ ਨੂੰ ਕੋਰਟ ਦੀ ਕਾਰਵਾਈ 'ਤੇ ਪੂਰਾ ਭਰੋਸਾ, ਜਦਕਿ ਉਹਨਾਂ ਨੇ ਪੁਲਿਸ 'ਤੇ ਇਹ ਇਲਜ਼ਾਮ ਲਗਾਇਆ ਕਿ ਉਹ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਅਤੇ ਨਾਲ ਦੇ ਨਾਲ ਉਹਨਾਂ ਨੇ ਜਲੰਧਰ ਦੇ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੰਸਦ ਦੇ ਵਿੱਚ ਮੁੱਦਾ ਚੁੱਕੇ ਜਾਣ 'ਤੇ ਵੀ ਕਿਹਾ। ਉਹਨਾਂ ਕਿਹਾ ਕਿ ਸਿੱਧੂ ਦੇ ਇਨਸਾਫ ਦੇ ਲਈ ਸਭ ਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਬਸ ਅੱਜ ਕੁਛ ਖਾਸ ਨਹੀਂ ਹੋ ਸਕਿਆ ਕਿਉਂਕਿ ਵਕੀਲ ਭਰਾਵਾਂ ਦੀ ਕੋਈ ਅੱਜ ਸਟ੍ਰਾਈਕ ਵਗੈਰਾ ਸੀਗੀ, ਉਹਦਾ ਕਰਕੇ ਅਦਾਲਤ ਦਾ ਕੰਮ ਪ੍ਰਭਾਵਿਤ ਹੋਇਆ ਹੈ ਨਾ। ਅਗਲੀ ਤਰੀਕ ਪਾ ਦਿੱਤੀ ਗਈ ਹੈ 16/8 ਮੰਡੇ ਗਵਾਹੀਆਂ ਦੇ ਅਗਲੀ ਡੇਟ 'ਤੇ ਹੋਣੀ ਗਵਾਹ ਪੇਸ਼ ਹੋਏ ਨੇ ਜੀ। ਹਾਂਜੀ, ਚਲੋ ਗਵਾਹਾਂ ਬਾਰੇ ਤਾਂ ਆਪਾਂ ਨਾ ਕੋਈ ਨਾ ਹੀ ਡਿਸਕਸ ਕਰੀਏ, ਕੋਈ ਇੱਦਾਂ ਦੀ ਗੱਲ ਨਹੀਂ, ਸਭ ਕੁਛ ਓਕੇ ਹੈ। ਚਰਨਜੀਤ ਚੰਨੀ ਵੱਲੋਂ ਸੰਸਦ ਦੇ ਵਿੱਚ ਫਿਰ ਸਿੱਧੂ ਦੀ ਆਵਾਜ਼ ਉਠਾਈ ਗਈ ਹੈ ਜੀ। ਵਧੀਆ ਗੱਲ ਹੈ, ਮੇਰੇ ਬਰਾਬਰ ਦਾ MP ਹੈ ਜੀ, ਉਹਦੇ ਬਾਰੇ ਉਹ ਰੱਖਦੇ ਨੇ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਅਤੇ ਜੇ ਉਹਦੇ ਬਾਰੇ ਕੋਈ ਗੱਲ ਕੀਤੀ ਹੈ ਤਾਂ ਮੇਰੇ ਖਿਆਲ ਵਧੀਆ, ਕੋਈ ਇਹਦੇ 'ਚ ਕੋਈ ਨੁਕਸਾਨ ਵਾਲੀ ਗੱਲ ਨਹੀਂ। ਲੋਕ ਫਤਵਾ, ਲੋਕਾਂ ਨੇ ਇਹ 4 ਸਭ ਤੋਂ ਵੱਧ ਵੋਟ ਲੈ ਕੇ ਉਹ ਜਿੱਤੇ ਨੇ ਤਾਂ ਉਹਨਾਂ ਨੂੰ ਹੱਕ ਹੈ, ਉਹ ਆਪਣੀ ਗੱਲ ਸੰਸਦ ਦੇ ਵਿੱਚ ਰੱਖ ਸਕਦੇ ਹੈ। ਤਾਂ ਮੇਰੇ ਖਿਆਲ ਮੈਨੂੰ ਤਾਂ ਨਹੀਂ ਕੋਈ ਲੱਗਦਾ ਕੁਛ ਗਲਤ ਕੀਤਾ ਉਹਨਾਂ ਨੇ। ਪਿਛਲੇ ਦਿਨੀ ਅਪੀਲ ਵੀ ਕੀਤੀ ਤੁਹਾਡੇ ਵੱਲੋਂ ਪੰਜਾਬ ਦੇ ਸਾਰੇ ਸੰਸਦਾਂ ਨੂੰ ਜੀ ਪੋਸਟਰ ਆਈ ਹੋਈ ਹੈ। ਹਾਂ ਬਿਲਕੁਲ, ਜੋ ਬੇਨੀਮੀਆਂ ਹੋਈਆਂ ਨੇ, ਜੋ ਸਾਡੇ ਵਰਗਿਆਂ ਨਾਲ ਧੱਕੇ ਹੋਏ ਨੇ, ਮੈਂ ਉਹ ਸਾਰੇ ਸੰਸਥਾ ਨੂੰ ਅਪੀਲ ਕੀਤੀ ਹੈ ਇਸ ਦੇ ਕਰਕੇ ਵੀ ਜੇ ਕੋਈ ਇੱਕ ਇੱਜ਼ਤਦਾਰ ਨਾਗਰਿਕ ਹੈ ਜਿਹੜਾ ਗੌਰਮੈਂਟ ਦਾ ਇੰਨਾ ਵੱਡਾ ਟੈਕਸ ਪੇਅਰ ਹੈ ਔਰ ਸੈਲੀਬ੍ਰਿਟੀ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਿਆਰ ਕਰਦੇ ਹੈ, ਜੇਕਰ ਉਹੋ ਜਿਹੇ ਲੋਕ ਵੀ ਸੇਫ ਨਹੀਂ ਹੈਗੇ ਤਾਂ ਫਿਰ ਕੀ ਕਹਿ ਸਕਦੇ ਹਾਂ, ਇਹਨਾਂ ਸਰਕਾਰਾਂ ਦੀ ਕਾਹਦੀ ਗਰੰਟੀ ਰਹੇਗੀ। ਮੈਂ 13 ਦੇ 13 MPs ਨੂੰ, ਇੱਕ ਤਾਂ ਵਿਚਾਰਾ ਅੰਦਰ ਹੀ ਬੈਠਾ ਉਸਨੇ ਕੀ ਕਰਨਾ, ਸਾਰਿਆਂ ਨੂੰ ਇੱਕ ਅਪੀਲ ਪਾਈ ਸੀ ਵੀ ਤੁਸੀਂ ਸਾਰੇ ਮਨੁੱਖੀ ਅਧਿਕਾਰਾਂ ਦੇ ਉੱਤੇ ਲਾ ਐਂਡ ਆਰਡਰ ਦੀ ਹਾਲਤ ਦੇ ਉੱਤੇ ਜ਼ਰੂਰ ਉੱਥੇ ਰਿਕਾਰਡ ਦੇ ਵਿੱਚ ਦਰਜ ਕਰਵਾਓ ਜਿਹੜੀ ਸਾਡੀ ਜਸਟਿਸ ਦੀ ਜਿਹੜੀ ਮੰਗ ਹੈ। ਅਸੀਂ ਜਸਟਿਸ ਕਹਿ ਰਹੇ ਨੇ, ਜਸਟਿਸ ਤੋਂ ਭਾਵ ਇਹ ਹੋਇਆ ਨਾ ਵੀ ਕੋਰਟ ਦੇ ਵਿੱਚ ਆਏ ਨੇ, ਕੋਰਟਾਂ ਦੇ ਵਿੱਚ ਤਾਂ ਜੋ ਸਿਸਟਮ ਆ ਸਾਡਾ ਬਹੁਤ ਵਧੀਆ ਚੱਲ ਹੀ ਰਿਹਾ ਹੈ ਨਾ, ਸਾਡੀ ਜੋ ਅਸੀਂ ਰੱਖਦੇ ਹਾਂ ਸਾਨੂੰ ਦਿੱਤਾ, ਅਸੀਂ ਕੋਰਟ ਅੱਗੇ ਹੀ ਰੱਖਦੇ ਹਾਂ। ਮੇਰਾ ਜਸਟਿਸ ਦੇ ਖਿਲਾਫ ਬੋਲਣ ਤੋਂ ਮਤਲਬ ਹੁੰਦਾ ਪੁਲਿਸ ਇਨਵੈਸਟੀਗੇਸ਼ਨ, ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਖਾਮੀਆਂ ਨੇ, ਮੈਂ ਉਹਨਾਂ ਦੇ ਖਿਲਾਫ਼ ਬੋਲਦਾ ਹੁੰਦਾ। ਕਈ ਭਰਾ ਮੈਨੂੰ ਇੱਦਾਂ ਕਹਿੰਦੇ ਨੇ ਵੀ ਤੁਸੀਂ ਅਦਾਲਤ 'ਚ ਨਹੀਂ ਕੁਛ ਹੋ, ਨਹੀਂ ਅਦਾਲਤ ਦੇ ਵਿੱਚ ਜੋ ਹੋਣਾ ਸਭ ਵਧੀਆ ਹੋ ਰਿਹਾ, ਸੁਣਿਆ ਜਾ ਰਿਹਾ ਜੋ ਤਰੀਕੇ, ਕਿਉਂਕਿ ਕੋਰਟ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ, ਸਮਾਂ ਲੱਗਦਾ, ਦੋਸ਼ੀ ਨੂੰ ਵੀ ਟਾਈਮ ਦਿੱਤਾ ਜਾਂਦਾ, ਮਦਈ ਪੱਖ ਵੀ ਆਪਣੇ ਰੱਖਦਾ, ਉਹ ਸਮਾਂ ਜ਼ਰੂਰ ਲੱਗਦਾ, ਪਰੰਤੂ ਸਟੈਪ ਬਾਈ ਸਟੈਪ ਗੱਲ ਅੱਗੇ ਵੱਧ ਜ਼ਰੂਰ ਰਹੀ ਹੈ। ਹਾਂ, ਸਾਡੀਆਂ ਪੁਲਿਸ ਇਨਵੈਸਟੀਗੇਸ਼ਨ ਨੂੰ ਲੈ ਕੇ ਹਮੇਸ਼ਾ ਹੀ ਸਾਡੇ ਮਨ ਦੇ ਵਿੱਚ, ਚਾਹੇ ਸਾਡੇ ਵੱਲੋਂ ਸੁਝਾਏ ਗਏ ਨਾਮ ਉਹਨਾਂ ਦੀ ਪੁੱਛ ਗਿੱਛ ਲਈ ਨਾ ਬੁਲਾਉਣਾ ਜਾਂ ਉਹ ਕਾਫੀ ਨੇ,
ਕਿੰਨੀਆਂ ਕਿੰਨਾਵਾਂ ਲਵਾਂਗੇ ਉਹਦੇ ਤੋਂ ਬੋਲਦੇ ਰਹਿੰਦੇ ਇਸ ਕਰਕੇ ਤਾਂ ਮੈਂ ਸਾਰੇ ਐਮ ਪੀ ਸਾਹਿਬਾਨ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਸਾਡੀ ਇਹ ਗੱਲ ਨੂੰ ਜ਼ਰੂਰ ਸੰਸਦ ਦੇ ਵਿੱਚ ਰੱਖੋ, ਇੱਕ ਬਿਨਾਂ ਡਰ ਭੈ ਤੋਂ ਜਾਂਚ ਕਰਨ ਦੇ ਵਿੱਚ ਕੀ ਪ੍ਰੋਬਲਮ ਹੈ, ਕੀ ਦੋਸ਼ੀ ਲੋਕ ਜਾਂ ਸ਼ੱਕੀ ਲੋਕ ਕਾਨੂੰਨ ਤੋਂ ਉੱਪਰ ਹੋ ਗਏ ਵੀ ਉਹਨਾਂ ਨੂੰ ਬੁਲਾਇਆ ਤੱਕ ਵੀ ਨਹੀਂ ਜਾਂਦਾ, ਜੇ ਉਹ ਆਉਂਦੇ ਵੀ ਆ ਤਾਂ ਉਹਨਾਂ ਨਾਲ ਇੱਕ ਜਿਹੜਾ ਵੀ ਆਈ ਪੀ ਟ੍ਰੀਟਮੈਂਟ ਉਹਨਾਂ ਨੂੰ ਦਿੱਤਾ ਜਾਂਦਾ ਸਾਰਾ ਇੱਥੇ ਆ ਕੇ, ਤਾਂ ਅਸੀਂ ਦੋਸ਼ਾਂ ਦੀ ਤਰ੍ਹਾਂ ਪੁੱਛਗਿੱਛ ਕਰਨ ਦੀ ਮੰਗ ਹਮੇਸ਼ਾ ਹੀ ਕਰਦੇ ਹਾਂ ਔਰ ਕਰਦੇ ਰਹਾਂਗੇ। ਬਾਈ ਸੰਸਦ 'ਚ ਜਿਵੇਂ ਆਵਾਜ਼ ਉੱਠ ਰਹੀ ਹੈ, ਲੱਗਦਾ ਕੋਈ ਗੱਲ ਤਣ ਪੱਤਣ ਲੱਗੂਗੀ ਜਿਹੜੀ ਮੰਗ ਕਰ? ਦੇਖੋ ਬੇਟਾ, ਸਾਡੇ ਕੋਲ ਤਾਂ ਉਮੀਦ ਹੈ, ਅਸੀਂ ਉਮੀਦ ਕਦੇ ਵੀ ਨਹੀਂ ਖੋਈ, ਜੇ ਸੰਸਦ ਨਹੀਂ ਵੀ ਚੁੱਕਣਗੇ ਫਿਰ ਵੀ ਅਸੀਂ ਆਪਣਾ ਕੰਮ ਕਰਦੇ ਰਹਿਣਾ, ਸਾਨੂੰ ਉਮੀਦ ਹੈ ਕਦੇ ਸਰਕਾਰਾਂ ਵੀ ਬਦਲ ਜਾਂਦੀਆਂ ਨੇ, ਕੋਈ ਵੱਡੀ ਗੱਲ ਨਹੀਂ, ਫਿਰ ਹੋਊਗਾ, ਇਹ ਜਸਟਿਸ ਮਿਲੂਗਾ ਜ਼ਰੂਰ, ਪਰੰਤੂ ਟਾਈਮ ਲੱਗੂਗਾ ਸਾਰਾ, ਕਿਉਂਕਿ ਜਿਹੜੀਆਂ ਮੌਜੂਦਾ ਪੰਜਾਬ ਸਰਕਾਰ ਹੈ ਇਹ ਤਾਂ ਬਿਲਕੁਲ ਹੀ ਅੱਜ ਇਹ ਪੋਜੀਸ਼ਨ ਹੈ ਵੀ ਇਹ ਗੈਂਗਸਟਰਾਂ ਦੇ ਬਰਾਬਰ ਖੜੀ ਹੈ, ਕਿਸੇ ਵੀ ਗੈਂਗਸਟਰ ਦੇ ਖਿਲਾਫ਼ ਤੁਸੀਂ ਕੋਈ ਚਾਹੇ ਫਰੌਤੀ ਦਾ ਕੇਸ ਲੈ ਕੇ ਨਾ ਕੋਈ ਚੱਲ ਜਾਓ, ਤਾਂ ਉੱਥੇ ਕੋਈ ਐੱਫ ਆਈ ਆਰ ਲਾਂਚ ਕਰਨ ਦੀ ਬਜਾਏ ਸਗੋਂ ਪੀੜਤ ਨੂੰ ਸਮਝਾਇਆ ਜਾਂਦਾ। ਇੱਕ ਵੀ ਗੱਲ ਸਰਕਾਰ ਵੱਲੋਂ ਗੈਂਗਸਟਰਾਂ ਦੇ ਖਿਲਾਫ਼ ਨਹੀਂ ਕੀਤੀ ਗਈ। ਤੁਹਾਡੇ ਸਾਹਮਣੇ ਹਰਿਆਣਾ ਵੀ ਐਕਸ਼ਨ ਕਰਦਾ ਹੈ, ਹਰਿਆਣੇ ਦੀਆਂ ਜੇਲ੍ਹਾਂ ਦਾ ਹਾਲ ਵੀ ਦੇਖ ਲਓ, ਸਾਡੀਆਂ ਦਾ ਵੀ ਦੇਖ ਲਓ, ਤਾਂ ਪੰਜਾਬ ਸਰਕਾਰ ਦਾ ਤਾਂ ਮੈਂ ਇਹ ਸਭ ਤੋਂ ਨਿਕੰਮਾ ਆਪਾਂ ਨਹੀਂ ਕਹੂੰਗਾ ਇਸ ਗੱਲ ਦੇ ਵਿੱਚ ਵੀ ਇੰਨੀ ਲਾਪਰਵਾਹ ਗੌਰਮੈਂਟ ਮੈਂ ਨਹੀਂ ਦੇਖੀ ਹੈ।